पुछदी भैन नानकी अपने नानक वीर नू अपने नानक वीर नू लोकी सानू इदां ही प्यार कर रहे हैं जे आपां कह दईए वी लोकी सुणदे नहीं नहीं ये बिल्कुल गलत है ना पुछदी भैन नानकी अपने नानक वीर नू अपने नानक वीर नू क्योंकि जे लोगों तक पहुँचूगा तो लोग जरूर सपोर्ट करेंगे साडे कोल कई बार असी साडियां बाइट वाली वीडियो नहीं होंदी तुहानू पता असी मोटर ते जां खेत खड़ के बना दें असी कोई इदा कॉन्ट्रोवर्सी करके जां कोई इदा दे लफ्ज जाके नहीं अगे आना चाहते मेरे हिसाब नाल कदे होया नहीं है क्योंकि असी उह जा कोई लफ्ज लिखता होवे कि सानू कट्टन दी लोड़ पई होवे कि कोई वह जहाँ वल कर कुछ भी गंदा कुछ भी लगता भी लोड़ कदम बाबे की कृपा ना पाई नहीं शायद वह माल कापी करा जो कुछ भी करा गलों विचों गल हुंदी जद यारां दी मुहब्बतां दी फिर बात पाउंदी ए जोड़ी रंगले सरदारां दी ये जोड़ी रंगले सरदारां दी। सो दोस्तों तुहानूं अज्ज असीं मिलाण जा रहे हां उन्हां रंगले सरदारां नाल जो मुहब्बतां दी बात पाउंदे आ जिन्हां ने मजहबां नूं पिछे छड्ड के एक सर्बसांझी वार्ता दा संदेश दित्ता ਅਤੇ ਬਾਬੇ ਨਾਨਕ ਦੀ ਬਾਣੀ ਨੂੰ ਅੱਗੇ ਲੈ ਕੇ ਜਾ ਰਹੇ ਨੇ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਬਾਈ ਜੀ ਤੁਹਾਡਾ ਸਾਰਿਆਂ ਦਾ। ਬਾਈ ਜੀ ਸਾਰਿਆਂ ਨੂੰ ਪਤਾ ਕਿ ਤੁਸੀਂ ਰੰਗਲੇ ਸਰਦਾਰਾਂ ਦੇ ਨਾਮ ਤਾਂ ਜਾਣਦੇ ਹੋ ਪਰ ਇਹ ਰੰਗਲੇ ਸਰਦਾਰਾਂ ਦੇ ਅਸਲ ਨਾਮ ਕੀ ਆ ਅਤੇ ਕਿੱਥੇ ਕਿੱਥੇ ਦੇ ਰਹਿਣ ਵਾਲੇ ਹੋ? ਮੇਰਾ ਨਾਮ ਸਬਰ ਸਿੰਘ ਖੋਖਰ ਹੈ ਜੀ, ਮੈਂ ਬਾਘੇ ਪੁਰਾਣੇ ਤੋਂ ਬਿਲੋਂਗ ਕਰਦਾ ਜੀ। ਮੈਂ ਜਸਕਰਨ ਸਿੰਘ ਗੱਲੀ, ਮੈਂ ਲੰਗਿਆਣਾ ਪਿੰਡ ਮੋਗੇ ਜ਼ਿਲ੍ਹੇ ਦਾ ਉੱਥੋਂ ਬਿਲੋਂਗ ਕਰਦਾ ਜੀ। ਮੇਰਾ ਨਾਮ ਹੈਗਾ ਜੀ ਮਨਿੰਦਰ ਬਰਾੜ ਅਤੇ ਮੈਂ ਵੀ ਬਾਘੇ ਪੁਰਾਣੇ ਤੋਂ ਹੀ ਬਿਲੋਂਗ ਕਰਦਾ ਜੀ। ਸਤਿ ਸ਼੍ਰੀ ਅਕਾਲ ਵੀਰੇ, ਮੇਰਾ ਨਾਮ ਆਜ਼ਮ ਖਾਨ ਆ ਅਤੇ ਪਿੰਡ ਗੋਸਲਾ ਮੇਰਾ, ਡਿਸਟ੍ਰਿਕਟ ਲੁਧਿਆਣਾ ਮੇਰਾ। ਬਾਈ ਜੀ ਇਹ ਰੰਗਲੇ ਸਰਦਾਰ ਮਿਲੇ ਕਿੱਦਾਂ ਸੀਗੇ? ਮਿਲੇ ਅਸੀਂ 4 ਸਾਲ ਪਹਿਲਾਂ, ਅਰਸ਼ ਬਾਈ ਸੀ ਸਾਡਾ ਨਾਂ ਸੀ, ਪੰਜ ਜਣੇ ਹੁੰਦੇ ਸੀ ਅਸੀਂ, ਉਹ ਹੁਣ ਫੋਰਨ ਚਲੇ ਗਏ ਅਤੇ ਅਸੀਂ ਯੂਥ ਫੈਸਟੀਵਲ 'ਚ ਇੱਕ 'ਚ ਇਕੱਠੇ ਹੋਏ ਸੀਗੇ ਯਾਨੀ ਸਾਰੇ, ਉੱਥੋਂ ਸਾਡਾ ਸਬੱਬ ਬਣ ਗਿਆ ਅੱਗੇ ਅੱਗੇ ਫਿਰ ਮਿਲਦੇ ਗਏ ਸਾਰੇ ਅਤੇ ਕੜੀ ਜੁੜ ਗਈ ਫਿਰ। ਕੜੀ ਜੁੜ ਗਈ ਫਿਰ ਸਾਰਾ ਪੰਜਾਬੀ ਨੇ। ਹਾਂਜੀ ਬਾਈ ਜੀ, ਆਜ਼ਮ ਖਾਨ ਜੀ ਤੁਹਾਡਾ ਨਾਂ ਆਜ਼ਮ ਖਾਨ, ਤੂੰ ਲਏ ਮੁਸਲਮਾਨ ਨੂੰ ਅਤੇ ਤੁਸੀਂ ਟਰਬਨ ਬੰਨਦੇ ਹੋ, ਇਹ ਕਿਵੇਂ ਸਬੱਬ ਬਣਿਆ ਫਿਰ? ਸਬੱਬ ਵੀਰੇ ਫੈਮਿਲੀ ਦਾ ਮਾਹੌਲ ਹੀ ਉਦੋਂ ਦਾ, ਸਾਡੇ ਬਾਬਾ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨਾਲ ਇੰਨਾ ਟਾਈਮ ਰਹੇ, ਸੋ ਉਹਨਾਂ ਦੀ ਬਾਬਾ ਨਾਨਕ ਦੇਵ ਜੀ ਦੀ ਮਿਹਰਬਾਨੀ ਆ, ਸਾਰੀ ਕਿਰਪਾ ਆ ਫੈਮਿਲੀ 'ਤੇ ਸਾਰੀ 'ਤੇ, ਮੇਰੀ ਪੂਰੀ ਫੈਮਿਲੀ ਗੁਰਸਿੱਖ ਹੈ ਵੀਰੇ। ਬਾਈ ਜੀ ਤੁਸੀਂ ਸਰੰਗੀ ਵਜਾਉਂਦੇ ਹੋ, ਇੱਕ ਤਾਂ ਸ਼ੁਰੂ ਤੋਂ ਹੀ ਸਿੱਖੀ ਜਾਂ ਫਿਰ ਬਾਅਦ? ਹਾਂਜੀ ਮੈਂ 4th-5th ਕਲਾਸ 'ਚ ਪੜ੍ਹਦਾ ਸੀਗਾ, ਮੈਨੂੰ ਸ਼ੌਂਕ ਸੀਗਾ ਵੀਰੇ ਬਹੁਤ ਜ਼ਿਆਦਾ, ਸੋ ਛੋਟੀ ਜਿਹੀ ਇੱਕ ਤੂੰਬੀ ਮਿਲ ਦਿੰਦੀ ਆ ਮੇਲੇ ਤੋਂ ਜਿੱਥੇ ਆਪਾਂ ਗਾਣੇ ਵਜਾਉਂਦੇ ਹੁੰਦੇ ਹਾਂ, ਅਤੇ ਉਹ ਤਾਂ ਮੈਂ ਗਾਣੇ ਕੱਢਦਾ ਹੁੰਦਾ ਸੀਗਾ ਅਤੇ ਫਿਰ ਘਰਦਿਆਂ ਨੇ ਸਰੰਗੀ ਲੈਤੀ ਅਤੇ ਇੱਦਾਂ ਹੌਲੀ ਹੌਲੀ ਫਿਰ ਸਿੱਖੀ ਉਸ ਤੋਂ ਤੁਰਦੇ ਗਏ ਅੱਗੇ ਅੱਗੇ। ਬਾਈ ਜੀ ਤੁਸੀਂ ਗਾਣੇ ਇੰਸਟਰੂਮੈਂਟ ਤੁਹਾਡੇ ਕੋਲ ਇੰਨਾ ਜਾਂ 4 ਇੰਸਟਰੂਮੈਂਟ? ਨਹੀਂ ਅਸੀਂ ਮਤਲਬ ਸਟੇਜ 'ਤੇ ਸਾਡੇ ਕੋਲ ਕਾਫੀ ਹੁੰਦੇ ਜਾਂ ਜਦੋਂ ਰਿਕਾਰਡ ਕਰਨਾ ਫਿਰ ਅਸੀਂ ਤੂੰਬਾ ਜਾਂ ਤੂੰਬੀ ਵੀ ਯੂਜ਼ ਕਰ ਲੈਂਦੇ ਹਾਂ, ਪਰ ਅਸੀਂ ਹੁਣ 4 ਜਣੇ ਫਿਰ 4 ਇੰਸਟਰੂਮੈਂਟ 'ਤੇ ਸਹੀ ਰਹਿੰਦੇ ਇੱਥੇ, ਪਰ ਬੜਾ ਉਹ ਭਚੋਲ ਵਾਲਾ ਕੰਮ ਹੋ ਜਾਂਦਾ 4 ਇੰਸਟਰੂਮੈਂਟ। ਫਿਰ ਵਿਆਹ ਦੇ ਪ੍ਰੋਗਰਾਮ ਮਿਲਦੇ ਆ ਕਿਉਂਕਿ ਤੁਸੀਂ ਪੂਰਾ ਸੱਭਿਆਚਾਰ ਗਾਉਂਦੇ ਹੋ ਨਾ, ਜ਼ਿਆਦਾਤਰ ਲੋਕ ਹੁੰਦੇ ਵੀ ਤੜਕ ਭੜਕ ਵਾਲੇ ਗੀਤ ਵਿਆਹਾਂ 'ਤੇ ਉਹੀ ਕਲਾਕਾਰ ਲਾਉਂਦੇ ਜਿਹੜਾ ਨੱਚਣ ਟੱਪਣ ਵਾਲਾ ਹੋਵੇ, ਫਿਰ ਕਿੱਦਾਂ ਪ੍ਰੋਗਰਾਮ ਮਿਲਦੇ ਨੇ? ਪ੍ਰੋਗਰਾਮ ਬਾਬੇ ਦੀ ਕਿਰਪਾ ਨਾਲ ਸਾਡੇ ਕੋਲ ਵਾਧੂ ਹੈ ਜੀ, ਅਸੀਂ ਵਧੀਆ ਵਧੀਆ ਸਿੰਗਰਾਂ ਨੂੰ ਵੱਧ ਪ੍ਰੋਗਰਾਮ ਲਾ ਲੈਂਦੇ ਜਿਹੜੇ ਨਾਮ ਵਾਲਾ ਸਿੰਗਰ ਆ, ਕਿਰਪਾ ਇੰਨੀ ਕੁ ਬਾਬੇ ਦੀ। ਅੱਛਾ ਬਾਈ ਜੀ ਪ੍ਰੋਗਰਾਮ ਤਾਂ ਮਿਲਦੇ ਨੇ, ਕਿਤੇ ਮਾਇਆ ਮੂਇਆ ਵੀ ਮਿਲਦੀ ਹੈ ਪ੍ਰੋਗਰਾਮਾਂ 'ਤੇ? ਮਾਇਆ ਬਹੁਤ ਜ਼ਰੂਰੀ ਹੈ, ਬਹੁਤ ਮਾਇਆ ਦੀ ਵੀ ਬਹੁਤ ਕਿਰਪਾ ਜੀ, ਵਾਹਿਗੁਰੂ ਦੀ ਕਿਰਪਾ ਨੇ ਕੋਈ ਥੋੜ੍ਹ ਨਹੀਂ ਛੱਡੀ ਜੀ ਸਾਨੂੰ, ਵਧੀਆ ਚੱਲੀ ਜਾਂਦਾ, ਮਾਇਆ ਦਾ ਕੰਮ ਵੀ ਵਧੀਆ ਚੱਲੀ ਜਾਂਦਾ ਜੀ। ਹਾਂਜੀ ਬਹੁਤ ਵਧੀਆ ਕਿਰਪਾ ਵਾਹਿਗੁਰੂ ਦੀ। ਅੱਛਾ ਜਦੋਂ ਪਹਿਲੀ ਵਾਰੀ ਬਾਈ ਜੀ ਤੁਸੀਂ 4 ਜਣੇ ਇਕੱਠੇ ਹੋ ਕੇ ਗਾਇਆ ਸੀ, ਉਹ ਕਿਹੜਾ ਗੀਤ ਸੀਗਾ? ਕਿਉਂਕਿ ਸਭ ਤੋਂ ਪਹਿਲਾਂ ਨਾ ਔਖਾ ਹੁੰਦਾ ਵੀ 4 ਜਣੇ ਨੂੰ ਇਕੱਠੇ ਕਰਨਾ, ਤੁਸੀਂ 4 ਪੰਜਾਂ ਦੀ ਜੋੜੀ ਆ ਇਕੱਠੇ ਹੋ ਕੇ ਜਦੋਂ ਪਹਿਲਾ ਗਾਣਾ ਹੈ ਨਾ, ਉਹ ਬਹੁਤ ਔਖਾ ਹੋਇਆ ਹੁੰਦਾ। ਉਹ ਸੀਗਾ ਜੀ ਇੱਕ ਕਲੀ ਸੀਗੀ ਬਾਬੇ ਨਾਨਕ ਅਤੇ ਭੈਣ ਨਾਨਕੀ ਜੀ ਦੀ ਗਾਥਾ ਸੀ ਇੱਕ, ਅਤੇ ਉਹ ਕਲੀ ਜਦੋਂ ਗਾਈ ਉਹ ਕਾਫੀ ਵਾਇਰਲ ਹੋਈ, ਫਿਰ ਉਦੋਂ ਬਾਅਦ 'ਚ ਸਾਨੂੰ ਇੰਨਾ ਪਿਆਰ ਮਿਲਿਆ ਅਤੇ ਜਾਣੀ ਸਾਰੇ ਕਿਤੇ ਬੁਲਾਉਣ ਲੱਗ ਗਏ, ਫਿਰ ਉੱਥੋਂ ਅਸੀਂ ਇਕੱਠੇ ਹੋਏ ਸੀਗੇ। ਸੁਣਾਉਂਗੇ? ਹਾਂਜੀ ਬਿਲਕੁਲ। ਪੁੱਛਦੀ ਭੈਣ ਨਾਨਕੀ ਆਪਣੇ ਨਾਨਕ ਵੀਰ ਨੂੰ ਆਪਣੇ ਨਾਨਕ ਵੀਰ ਨੂੰ ਪੁੱਛਦੀ ਭੈਣ ਨਾਨਕੀ ਆਪਣੇ ਨਾਨਕ ਵੀਰ ਨੂੰ ਆਪਣੇ ਨਾਨਕ ਵੀਰ ਨੂੰ ਕਿਹੜੀ ਗੱਲੋਂ ਵੀਰਾ
पग मां चोला पाया। रिश्ता प्यारा अपना भैन परावां दा, अपना भैन परावां दा, तैनू किवें भुलां मैं अमड़ी दे जाया। ज़्यादातर जिहड़ी तुहाडी वीडियो देखिया ने वो तुसी जदों स्टार्टिंग करदे खेत ते हुंदिया सी मोटर ते ही तुसी ज़्यादा शूट करदे सीगे, वो कित्थों आया कि यार मोटर ते ही शूट कीतियां जाण? क्योंकि उत्थे सब तो वधिया मेरे सामने पिंडां दी लोकेशन खेत ही हुंदे आ, है ना, कोई जम्मिया आपां खड़े हुण इत्थे शहर च तां इत्थे तां ज़्यादा पार्क हुंदे आ, ते पिंडां दी सब तो जिहड़ी सोहणी लोकेशन हुंदी आ उह इही हुंदी आ, ते साडे इंटरव्यू वी अग्गे तकरीबन सारियां ਉਹ ਖੇਤਾਂ 'ਚ ਹੀ ਹੋਈਆਂ। ਅੱਜ ਆਪਾਂ ਪਹਿਲੀ ਵਾਰ ਸ਼ਾਇਦ ਆ ਚੰਡੀਗੜ੍ਹ ਜਾਂ ਪਾਰਕ 'ਚ ਖੜ ਕੇ ਕਰ ਰਹੇ ਹਾਂ। ਬਾਈ ਕਿੱਦਾਂ ਫਰਕ ਲੱਗਿਆ ਉਹ ਮੋਟਰ 'ਤੇ ਇੰਟਰਵਿਊ ਅਤੇ ਪਾਰਕ ਦਾ? ਉਹ ਮੈਨੂੰ ਲੱਗਦਾ ਫਿਰ ਜ਼ਿਆਦਾ ਥੋੜ੍ਹਾ, ਕਿਉਂਕਿ ਉੱਥੇ ਆਸੇ ਪਾਸੇ ਜਿਹੜੇ ਲੋਕ ਹੁੰਦੇ ਮੋਟਰਾਂ ਮੋਟਰਾਂ 'ਤੇ ਬੈਠੇ ਉਹ ਵੀ ਆ ਕੇ ਬਹਿ ਜਾਂਦੇ ਸਾਹਮਣੇ, ਆਡੀਅੰਸ ਵੀ ਨਾਲ ਹੀ ਆ ਜਾਂਦੀ ਆ, ਅਤੇ ਹੁਣ ਆਪਾਂ ਇਕੱਲੇ ਖੜੇ ਪਿੱਛੇ ਕੋਈ ਵੀ ਨਹੀਂ ਹੈਗਾ, ਆਡੀਅੰਸ ਦੀ ਵੀ ਕਮੀ ਆ। ਹਾਂ ਆਡੀਅੰਸ ਦੀ ਵੀ ਹੈਗੀ, ਸਾਹਮਣੇ ਤਾਂ ਹੁਣ ਕੋਈ ਹੈ ਨਹੀਂ, ਇਕੱਲੇ ਕੈਮਰੇ ਵਾਲੇ ਬਾਈ ਆ। ਬਾਈ ਕਰੋਨਾ ਵੀ ਹੈ ਨਾ ਕਿਤੇ ਨਾ ਕਿਤੇ? ਹਾਂ ਕਰੋਨਾ ਵੀ ਹੈਗਾ। ਹਾਂਜੀ ਹਾਂਜੀ। ਅਤੇ ਹੁਣ ਫਿਰ ਮੋਟਰ 'ਤੇ ਗਾਣੇ ਹਲੇ ਜਾਂ ਨਹੀਂ? ਹੁਣ ਕੋਈ ਵੀਡੀਓ ਬਣਾਉਣੀ ਹੋਵੇ, ਹੁਣ ਥੋੜ੍ਹਾ ਜਿਹਾ ਗਰਮੀ ਹੋ ਗਈ ਨਾ, ਸ਼ਾਮ ਨੂੰ ਜਾਂ ਸਵੇਰੇ ਅਰਲੀ ਮਾਰਨਿੰਗ ਬਣਾ ਲੈਂਦੇ ਹੁੰਦੇ ਹਾਂ, ਪਰ ਵੀਡੀਓ ਉੱਥੇ ਸਾਡੀ ਬਣਨ ਦੀ ਸਾਨੂੰ ਉਹੀ ਵਧੀਆ ਲੱਗਦਾ ਬਾਈ, ਸਾਨੂੰ ਉੱਥੇ ਖੁਸ਼ੀ ਮਿਲਦੀ ਆ। ਅੱਛਾ ਬਾਈ ਇੱਕ ਗੱਲ ਹੋਰ, ਜਦੋਂ ਕਿਸੇ ਸਿੰਗਰ ਦੀ ਜਾਂ ਕਿਸੇ ਹੋਰ ਦੀ ਇੰਟਰਵਿਊ ਕਰਦੇ ਨਾ, ਉਹ ਵਿੱਚ ਇੰਗਲਿਸ਼ ਦੇ ਸ਼ਬਦ ਜ਼ਰੂਰ ਜੋੜਦਾ ਗੱਲਬਾਤ ਦੇ, ਮੈਂ ਦੇਖ ਰਿਹਾ ਤੁਹਾਡੀਆਂ ਪਹਿਲੀਆਂ ਇੰਟਰਵਿਊ ਵੀ ਦੇਖੀਆਂ, ਉਹ ਤੁਸੀਂ ਮਤਲਬ ਮੈਂ ਠੇਠ ਬੋਲਦੇ ਹੋ ਆਪਣੇ ਇਲਾਕੇ ਦੀ ਬੋਲੀ ਨਾ, ਕੋਈ ਅੰਗਰੇਜ਼ੀ ਦਾ ਸ਼ਬਦ ਵਰਤਦੇ ਹੀ ਨਹੀਂ ਬਿਲਕੁਲ ਹੀ। ਅੰਗਰੇਜ਼ੀ ਵਾਲੇ ਅਸੀਂ ਹੈ ਨਹੀਂ ਗਏ, ਹਿਮਾਚਲ ਦੇ ਬੰਦੇ ਅਸੀਂ, ਸਾਨੂੰ ਆਉਂਦੀ ਨਹੀਂ ਹੈਗੀ, ਪਰ ਐਂ ਕੋਈ ਬੋਲ ਨਾ ਸਮਝ ਲੈਂਦੇ ਐਡੀ ਨਹੀਂ ਵੀ ਕੋਈ ਗੱਲ ਨਹੀਂ ਹੈਗੀ, ਪਰ ਊਂ ਵਧੀਆ ਲੱਗਦਾ ਐਂ ਬੋਲਣਾ, ਆਪਣਾ ਪਾਂਝਾ ਲੱਗਦਾ, ਲੋਕਾਂ ਨੂੰ ਵੀ ਮੇਰੇ ਹਿਸਾਬ ਨਾਲ ਇਹੀ ਵਧੀਆ ਲੱਗਦਾ ਹੋਊਗਾ ਕਿ ਠੇਠ ਸ਼ਬਦਾਵਲੀ। ਹਾਂ ਹਾਂਜੀ, ਲੋਕਾਂ ਨੂੰ ਵੀ ਇਹੀ ਸ਼ਾਇਦ ਵਧੀਆ ਲੱਗਦੀ ਹੋਊਗੀ। ਅੰਗਰੇਜ਼ੀ ਤੋਂ ਡਰ ਤਾਂ ਨਹੀਂ ਲੱਗਦਾ? ਕਦੇ ਬਾਹਲਾ ਬੰਬੇ ਬੁੰਬੇ ਉੱਠ ਜਾਓ, ਉੱਥੇ ਤਾਂ ਥੋੜ੍ਹਾ ਜਿਹਾ ਫਿਰ ਜ਼ਿਆਦਾ ਹੋ ਜਾਂਦਾ ਨਾ ਕੰਮ, ਆਪਣੇ ਇੱਥੇ ਚੱਲ ਜਾਂਦਾ, ਇੱਥੇ ਤਾਂ ਠੀਕ। ਕਦੇ ਕੋਈ ਇੱਦਾਂ ਹੋਇਆ ਵੀ ਮੁਰੂ ਕਿਸੇ ਨੇ ਅੰਗਰੇਜ਼ੀ ਬੋਲੀ ਹੋਵੇ ਤਾਂ ਫਿਰ ਬਾਈ ਔਖਾ ਹੀ ਲੱਗਿਆ ਹੋਵੇ? ਨਹੀਂ ਐਂ ਤਾਂ ਨਹੀਂ ਹੋਇਆ ਕਦੇ ਵੀ ਸਮਝ ਨਾ ਲੱਗੀ ਹੋਵੇ, ਸਮਝ ਤਾਂ ਲੱਗ ਗਏ, ਫਿਰ ਅਸੀਂ ਜਵਾਬ ਤਾਂ ਪੰਜਾਬੀ ਜਾਂ ਹਿੰਦੀ 'ਚ ਫਿਰ ਦੇ ਦਿੰਦੇ, ਜਿਵੇਂ ਬੰਬੇ ਉੱਥੇ ਥੋੜ੍ਹਾ ਜਿਹਾ ਜ਼ਿਆਦਾ ਇੰਗਲਿਸ਼ 'ਚ ਬੋਲਦੇ ਆ ਉਹ, ਤਾਂ ਫਿਰ ਜਵਾਬ ਅਸੀਂ ਆਪਦੇ ਹਿਸਾਬ ਨਾਲ ਦੇ ਦਿੰਦੇ ਹਾਂ, ਉਹ ਸਗੋਂ ਉਹਨਾਂ ਨੂੰ ਵਧੀਆ ਲੱਗਦਾ ਪੰਜਾਬੀ ਬੋਲਦੇ ਹਾਂ, ਉਹ ਜਾ ਹੋਰ ਸਰਦਾਰ ਜੀ ਕਿਵੇਂ ਹੋ ਤੁਸੀਂ, ਉਹ ਕੋਸ਼ਿਸ਼ ਕਰਦੇ ਕਿ ਪੰਜਾਬੀ ਬੋਲੀਏ, ਆਪਣੇ ਵਾਲੇ ਕੋਸ਼ਿਸ਼ ਕਰਦੇ ਕਿ ਇੰਗਲਿਸ਼ ਬੋਲੀਏ। ਅਤੇ ਬਾਈ ਜੀ ਇੱਕ ਮੈਂ ਦੇਖਿਆ ਸੀ ਤੁਹਾਡੀ ਇੰਟਰਵਿਊ 'ਚ ਕੁਛ, ਜਦੋਂ ਤੁਸੀਂ ਕਿਤੇ ਪ੍ਰੋਗਰਾਮ ਲਾ ਰਹੇ ਸੀ ਉੱਥੇ ਕਨਵਰ ਗਰੇਵਾਲ ਆਏ ਸੀ, ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਜਿਹੜੀ ਸ਼ਾਬਾਸ਼ ਦਿੱਤੀ ਸੀ ਨਾ ਉਹ ਸਾਡੀ ਅੱਜ ਤੱਕ ਦੀ ਸਭ ਤੋਂ ਵਧੀਆ ਸ਼ਾਬਾਸ਼ ਗਿਣੀ ਗਈ, ਉਹ ਕੀ ਕਿੱਸਾ ਕੀ ਸੀ? ਉਹ ਸਾਡਾ ਪ੍ਰੋਗਰਾਮ ਸੀਗਾ ਜੀ, ਸਾਡੇ ਕਾਲਜ ਦੇ ਪ੍ਰੋਗਰਾਮ ਸੀਗਾ ਸ਼ਾਇਦ, ਅਤੇ ਉਹ ਅਸੀਂ ਉੱਥੇ ਇੱਕ ਦਿੱਤਾ ਸੀਗਾ ਮਿਰਜ਼ਾ ਗਾਇਆ ਸੀਗਾ, ਅਤੇ ਇੱਕ ਬਾਕੀ ਮਲਵਈ ਕਿਹਦੇ ਦਾ ਸੀਗਾ ਫੰਕਸ਼ਨ, ਅਤੇ ਉੱਥੇ ਬਾਈ ਹੁਣ ਮੂਹਰੇ ਬੈਠੇ ਸੀਗੇ, ਪਹਿਲਾਂ ਤਾਂ ਅਸੀਂ ਆਉਣਾ ਸੀਗਾ, ਅਸੀਂ ਆਹ ਢੋਲ ਘਰੇ ਭੁੱਲ ਗਏ ਸੀਗੇ, ਗੱਡੀ ਫਿਰ ਵਾਪਸ ਲੈ ਕੇ ਗਏ ਸੀਗੇ, ਉਹ ਕਿੰਨਾ ਦੂਰ ਸੀਗਾ? ਉਹ ਸੀਗਾ 30 ਕਿਲੋਮੀਟਰ, ਫਿਰ ਵਾਪਸ ਉੱਥੋਂ ਲੈ ਕੇ ਆਇਆ ਘਰੇ, ਗੁੱਸਾ ਵੀ ਆਇਆ ਹੋਣਾ ਮਾੜਾ ਮੋਟਾ। ਹਾਂ ਗੁੱਸਾ, ਫਿਰ ਹੁਣ ਕੀ ਕਰਦੇ, ਹੁਣ ਕੁਛ ਹੈ ਨਹੀਂ ਸੀ ਹੀਲਾ ਸਾਡੇ ਕੋਲ, ਫਿਰ ਉੱਥੇ ਗਾਇਆ ਬਾਈ ਨੇ ਵਧੀਆ, ਸਾਨੂੰ ਹੁਣ ਵੀ ਬਾਈ ਹੋਣੀ ਗੱਲ ਕਰਦੇ, ਲਾਡੀ ਬਾਈ ਹੋਣੀ, ਕਮਰ ਬਾਈ ਹੋਣੀ, ਵਧੀਆ ਟੱਚ 'ਚ ਆ ਉਹ, ਵਧੀਆ ਮਾਣ ਸਤਿਕਾਰ ਕਰਦੇ, ਅਸੀਂ ਵੀ ਉਹਨਾਂ ਦਾ ਬਹੁਤ ਕਰਦੇ ਹਾਂ। ਅਤੇ ਬਾਈ ਜੀ ਕਦੇ ਇਹ ਨਹੀਂ ਲੱਗਿਆ ਕਿ ਅਸੀਂ ਜ਼ਿਆਦਾ ਫੇਮਸ ਹੋਣ ਲਈ ਜਾਂ ਜਲਦੀ ਫੇਮਸ ਹੋਣ ਲਈ, ਜਿੱਦਾਂ ਅੱਜ ਕੱਲ੍ਹ ਦੇ ਗਾਣੇ ਚੱਲਦੇ ਨੇ ਵਿੱਚ ਹਥਿਆਰਾਂ ਦਾ ਨਾਮ ਲਈਏ, ਮਹਿੰਗੀ ਗੱਡੀਆਂ ਦਾ ਨਾਮ ਲਈਏ? ਨਹੀਂ ਬਿਲਕੁਲ ਨਹੀਂ, ਕਿਉਂਕਿ ਲੋਕ ਸਾਨੂੰ ਇੱਦਾਂ ਹੀ ਪਿਆਰ ਕਰ ਰਹੇ ਆ, ਜੇ ਆਪਾਂ ਕਹਿ ਦਈਏ ਵੀ ਲੋਕ ਸੁਣਦੇ ਨਹੀਂ ਇਹ ਬਿਲਕੁਲ ਗਲਤ ਆ, ਹੈ ਨਾ, ਕਿਉਂਕਿ ਜੇ ਲੋਕਾਂ ਤੱਕ ਪਹੁੰਚੂਗਾ ਤਾਂ ਲੋਕ ਜ਼ਰੂਰ ਸਪੋਰਟ ਕਰਨਗੇ। ਸਾਡੇ ਕੋਲ ਕਈ ਵਾਰੀ ਅਸੀਂ ਸਾਡੀਆਂ ਬਾਈਟ ਵਾਲੀਆਂ ਵੀਡੀਓ ਨਹੀਂ ਹੁੰਦੀਆਂ, ਤੁਹਾਨੂੰ ਪਤਾ ਅਸੀਂ ਮੋਟਰ 'ਤੇ ਜਾਂ ਖੇਤ ਖੜ ਕੇ ਬਣਾ ਦਿੰਦੇ ਹਾਂ, ਅਤੇ ਜਿੱਥੋਂ ਤੱਕ ਵਾਇਰਲ ਹੁੰਦੀ ਹੈ ਸਾਨੂੰ ਉਨੇ ਸ਼ੋਅ ਦੀ ਬੁਕਿੰਗ ਪੈਂਦੀ ਆ। ਅੱਜ ਵੀ ਜੇ ਵਧੀਆ ਸਿੰਗਰ ਤੋਂ ਅਸੀਂ ਸਾਨੂੰ ਕੋਈ ਦੱਸਦਾ ਸ਼ੋਅ ਕਿੰਨੇ ਲੱਗੇ ਤੁਹਾਡੇ ਜਾਂ, ਹੈ ਨਾ, ਕਿੰਨੇ ਆ, ਹੈਰਾਨ ਰਹਿ ਜਾਂਦਾ, ਹੈ ਯਾਰ ਮੈਨੂੰ ਤਾਂ ਇੰਨੇ ਮਿਲੇ, ਤੁਸੀਂ ਇੰਨੇ ਲਾਈ ਜਾਂਦੇ, ਹੈ ਨਾ, ਤਾਂ ਇੰਨਾ ਕਰਕੇ ਸਾਡੀਆਂ ਉਹ ਵੀਡੀਓ ਨੂੰ ਇੰਨਾ ਪਿਆਰ ਮਿਲੀ ਜਾਂਦਾ, ਅਸੀਂ ਕੋਈ ਇੱਦਾਂ ਕੰਟਰੋਵਰਸੀ ਕਰਕੇ ਜਾਂ ਕੋਈ ਇੱਦਾਂ ਦੇ ਲਫ਼ਜ਼ ਜਾ ਕੇ ਨਹੀਂ ਅੱਗੇ ਆਉਣਾ ਚਾਹੁੰਦੇ, ਕਿਉਂਕਿ ਲੋਕਾਂ ਨੂੰ ਸਾਡਾ ਜਿਹੜਾ ਜੋਨਰ ਇੱਦਾਂ ਦਾ ਹੀ ਬਣਿਆ ਹੋਇਆ, ਨਾ ਹੀ ਸਾਨੂੰ ਅਸੀਂ ਵਧੀਆ ਨਹੀਂ ਲੱਗਦਾ ਉੱਦਾਂ ਦੇ ਗਾਉਣਾ, ਅਤੇ ਬਸ ਅਸੀਂ ਇੱਦਾਂ ਹੀ ਗਾਉਂਦੇ ਹਾਂ। ਅੱਛਾ ਬਾਈ ਜੀ, ਪਿਆਰ ਤਾਂ ਤੁਹਾਡੇ 'ਚ ਬਹੁਤ ਆ, ਲੜਾਈ ਲੜੂਈ ਵੀ ਹੁੰਦੀ ਹੈ ਕਦੇ, ਕਿਉਂਕਿ 4 ਭਾਂਡੇ ਪੰਜਾਬੀ 'ਚ ਕਹਿੰਦੇ, ਜਿੱਥੇ 4 ਭਾਂਡੇ ਉਹਨੂੰ ਉਹ ਖੜਕਦੇ ਜ਼ਰੂਰ ਆ, ਭਾਂਡੇ ਤਾਂ 2 ਖੜਕਦੇ ਤਾਂ ਫਿਰ 4 ਭਾਂਡੇ ਹੋ ਗਏ, ਲੜਦੇ ਬਹੁਤ ਹੋਏ ਤਾਂ ਲੜਦਾ ਫਿਰ ਪਈਦਾ ਹੀ ਹੈ ਜੀ, ਫਿਰ ਸਾਰਾ ਕੁਛ ਹੀ ਹੋ ਜਾਂਦਾ, ਗੁੱਸੇ ਵੀ, ਗਿਲੇ ਵੀ, ਹੱਸ ਖੇਡ ਵੀ ਲਈਦਾ ਜੀ। ਫਿਰ ਸਮਝਾਉਂਦਾ ਮਨਾਉਂਦਾ ਕੌਣ? ਆਪੇ ਮੰਨ ਜਾਈਦਾ, ਕਿਹੜਾ ਕੋਈ ਮਨਾਉਂਦਾ ਇੱਥੇ ਕਿਸੇ ਨੂੰ, ਆਪੇ ਆਪੇ ਉਹਨੂੰ ਪਤਾ ਹੀ ਜਾਣ ਵੱਲੋਂ ਬੋਲੇ ਬਣਾ ਸਰਨਾ ਤਾਂ ਹੈ ਨਹੀਂ ਗੱਲ, ਜਿਹੜੀ ਸਾਡੇ ਦਿਲਾਂ 'ਚ ਜੈਲਸੀ ਨਹੀਂ ਹੁੰਦੀ, ਹੈ ਨਾ, ਉਹ ਖਤਰਨਾਕ ਹੁੰਦੀ ਆ ਆਪਣੇ ਲੜਨ ਲਈ, ਹੈ ਨਾ, ਕਿ ਇਹ ਬੰਦੇ ਨੇ ਮਨ 'ਚ ਖਾ ਰੱਖ ਲਈ, ਸਾਡੇ ਉਹ ਹੈ ਨਹੀਂ, ਉਹੀ ਬਸ 2 ਘੰਟਿਆਂ ਬਾਅਦ ਇੱਕੋ ਜਿਹੇ ਹੋ ਜਾਈਦਾ, ਇੱਦਾਂ ਹੀ ਹੈ ਜੀ। ਅਤੇ ਬਾਈ ਜੀ ਫਿਰ ਤੁਸੀਂ, ਤੁਹਾਡੇ 'ਚੋਂ ਲਿਖਦਾ ਕੌਣ ਆ, ਸੰਗੀਤ ਕੌਣ ਬਣਾਉਂਦਾ, ਇਹ ਸਾਰਾ ਕੁਝ ਡਿਸਾਈਡ ਕੌਣ ਕਰਦਾ? ਲਿਖਣ ਦਾ ਮੈਂ ਲਿਖ ਲੈਂਦਾ ਜੀ ਥੋੜ੍ਹਾ ਬਹੁਤਾ, ਅਤੇ ਜਿੰਨੇ ਕੁ ਗਾਣੇ ਆਏ ਆ ਵੀਰੇ ਉਹਨਾਂ ਨੇ ਕੀਤੇ ਆ ਉਹ ਮੈਂ ਹੀ ਲਿਖਿਆ, ਜਾਂ ਅਰਸ਼ ਵੀਰਾ ਸੀ ਉਹ ਫੋਰਨ ਚਲਾ ਗਿਆ,
ਰਲ ਮਿਲ ਕੇ ਕਰ ਲਈਦਾ ਸਾਰਾ ਕੁਛ ਜੀ। ਅਤੇ ਫਿਰ ਜਦੋਂ ਕਿਸੇ ਵਿਆਹ ਅਤੇ ਸ਼ਾਦੀ ਦੇ ਪ੍ਰੋਗਰਾਮ 'ਤੇ ਜਾਣਾ ਹੁੰਦਾ ਫਿਰ ਉਹ ਮੈਨੇਜ ਕੌਣ ਕਰਦਾ, ਕਿਉਂਕਿ ਤੁਹਾਡੀ ਡਰੈਸ ਸੈਂਸ ਵਿੱਚ ਸਮਾਨ ਅਸੀਂ ਕਿਹੜਾ ਲੈ ਕੇ ਜਾਣਾ ਨਾ, ਸੰਗੀਤ ਸਮਾਨ ਕਿਹੜਾ ਲੈਣਾ, ਉੱਥੇ ਗਾਣੇ ਕਿੱਦਾਂ ਦੇ ਗਾਣੇ ਆ, ਕੀ ਮਾਹੌਲ ਸਿਰਜਣਾ, ਉਹ ਡਿਸਾਈਡ ਕਿਵੇਂ ਕਰਦਾ? ਉਹ ਜ਼ਿਆਦਾ ਜਿਹੜਾ ਡਰੈਸ ਦਾ ਹੁੰਦਾ ਤਾਂ ਖੋਖਰ ਕੋਲ ਹੁੰਦਾ ਜੀ ਮਹਿਕਮਾ ਸਾਰਾ ਡਿਪਾਰਟਮੈਂਟ, ਅਤੇ ਜਿਹੜਾ ਬਾਕੀ ਹੁੰਦਾ ਜਿਹੜਾ ਮੈਨੇਜਮੈਂਟ ਵਾਲਾ ਉਹ ਜਸਕਰਨ ਫਿਰ ਕਰਦਾ ਜੀ, ਕਿਉਂਕਿ ਅਸੀਂ ਸਾਡਾ ਕੋਈ ਉਵੇਂ ਮੈਨੇਜਰ ਨਹੀਂ ਹੈਗਾ ਸਾਡਾ, ਅਸੀਂ ਆਪ ਜਿਹੜਾ ਕੁਛ ਵੀ ਕਰਦੇ ਹਾਂ ਅਸੀਂ ਆਪ ਹੀ ਕਰਦੇ ਹਾਂ ਸਾਰਾ ਕੁਛ। ਕਹਿੰਦਾ ਜਦੋਂ ਗਰੁੱਪ ਬਣਦਾ ਕੋਈ, ਚਾਹੇ ਉਹ ਯਾਰਾਂ ਦੋਸਤਾਂ ਵਾਲੋ ਕੁਛ ਹੋਵੇ, ਉਹਨਾਂ 'ਚ ਇੱਕ ਬੰਦਾ ਹੁੰਦਾ ਬਸ ਉਹ ਰੌਲਾ ਹੀ ਪਾਉਂਦਾ ਰਹਿੰਦਾ, ਕੰਮ ਉਹ ਕੋਈ ਨਹੀਂ ਕਰਦਾ ਹੁੰਦਾ, ਇੱਦਾਂ ਦਾ ਕੌਣ ਆ ਤੁਹਾਡੇ 'ਚ? ਆਹ ਵੀ ਨਾਲ ਹੀ ਖੜਾ ਜੀ, ਕਰਦੇ ਨਹੀਂ ਰੌਲਾ ਪਾਉਂਦਾ, ਮੇਰਾ ਕੰਮ ਹੀ ਰੌਲੇ ਵਾਲਾ ਹੁੰਦਾ, ਕਿਉਂਕਿ ਬੁਕਿੰਗ ਤਾਂ ਮੈਂ ਕੀਤੀ ਹੁੰਦੀ, ਮੈਨੂੰ ਅਗਲੇ ਨੇ ਦੱਸਿਆ ਹੁੰਦਾ ਕਿ ਵੀ ਇੰਨੇ ਵਜੇ ਦਾ ਟਾਈਮ ਆ, ਫਿਰ ਪਹੁੰਚਦਾ ਮੈਨੂੰ ਪਤਾ ਜਾਣਾ ਹੀ ਹੁੰਦਾ, ਥੋੜ੍ਹਾ ਰੌਲਾ ਪਾਉਣ ਨਾਲ ਅਲਰਟ ਹੋ ਜਾਂਦਾ ਕਿ ਹਾਂ ਯਾਰ ਬਾਕੀ ਜਾਣਾ। ਤੂੰ ਲੇਟ ਕੌਣ ਹੁੰਦਾ? ਇਹ ਆਪ ਹੀ ਹੁੰਦਾ ਜੀ, ਬਸ ਹੀ 7 ਵਜੇ ਨਹੀਂ ਆਈ ਕੰਮ, ਆਪ ਹੀ ਰੌਲਾ ਪਾ ਕੇ ਆਪ ਟਾਈਮ ਦਊਗਾ ਵੀ ਮੈਂ ਤੁਹਾਡੇ ਕੋਲ ਆਊਂਗਾ 8 ਵਜੇ ਆਊਂਗਾ, ਆਪ 9 ਵਜੇ ਆਉਣਾ, ਸਾਹੀ ਤਿਆਰ ਹੋ ਕੇ ਬੈਠੇ ਨੇ 8 ਵਜੇ। ਵਾਹ, ਆਰਟਿਸਟ ਰੈਡੀ ਹੁੰਦੇ ਸਾਡੇ ਜੀ, ਵਾਹ ਆਪਾਂ ਗੱਡੀ 'ਚ ਬਿਠਾ ਕੇ ਤੁਰ ਪਈਦਾ ਜੀ। ਅੱਛਾ ਬਾਈ ਜੀ, ਕਹਿੰਦੇ ਵਿਆਹ ਨਾ ਮਤਲਬ ਬੋਲੀਆਂ ਤੋਂ ਬਿਨਾਂ ਭੱਖਦਾ ਨਹੀਂ ਹੈਗਾ, ਕਦੀ ਫਿਰ ਬੋਲੀ ਸੁਣਾਉਂਗੇ? ਹਾਂਜੀ ਜ਼ਰੂਰ ਜੀ। ਅੱਜ ਕੱਲ੍ਹ ਸ਼ਰਾਬਾਂ ਮੈਂ ਤੋਂ ਗਲਗੀ ਦਾਲ, ਵੇ ਜੈਤੋ ਦਾ ਵੇ ਜੈਤੋ ਦਾ ਵੇ ਜੈਤੋ ਦਾ ਕਿਲਾਟ ਪਾ ਦੂੰ ਜੇ ਕੱਢੀ ਮਾਂ ਦੀ ਗਾਲ, ਵੇ ਜੈਤੋ ਦਾ ਕਿਲਾਟ ਪਾ ਦੂੰ ਜੇ ਕੱਢੀ ਮਾਂ ਦੀ ਗਾਲ, ਵੇ ਜੈਤੋ ਦਾ ਕਿਲਾਟ ਪਾ ਦੂੰ ਜੇ ਕੱਢੀ ਮਾਂ ਦੀ ਗਾਲ। ਕਦੇ ਹੂੰ ਕਰਕੇ ਕਦੇ ਹਾਂ ਕਰਕੇ, ਕਦੇ ਹੂੰ ਕਰਕੇ ਕਦੇ ਹਾਂ ਕਰਕੇ, ਗੇੜਾ ਦੇ ਦੇਣੀ ਮੁਟਿਆਰੇ ਲੰਮੀ ਬਾਂ ਕਰਕੇ, ਗੇੜਾ ਦੇ ਦੇਣੀ ਮੁਟਿਆਰੇ ਲੰਮੀ ਬਾਂ ਕਰਕੇ, ਗੇੜਾ ਦੇ ਦੇਣੀ ਮੁਟਿਆਰੇ ਲੰਮੀ ਬਾਂ ਕਰਕੇ। ਬਾਬਾ ਜੀ ਬਹੁਤ ਖੂਬ। ਇਹਦੇ ਨਾਲ ਬਾਈ ਜੀ ਹੁਣ ਕਰੋਨਾ ਚੱਲਦਾ, ਫਿਰ ਕਰੋਨਾ ਦੌਰਾਨ ਟਾਈਮ ਕਿਵੇਂ ਕੱਟਿਆ, ਕੁਛ ਲਿਖਿਆ ਕਰੋਨਾ ਦੌਰਾਨ ਨਵਾਂ? ਉਹ ਲਿਖਣ ਦਾ ਕੰਮ ਤਾਂ ਖੋਖਰ ਬਾਈ ਦਾ ਹੀ ਹੁੰਦਾ, ਅਤੇ ਬਾਕੀ ਕਰੋਨਾ ਵੀਰੇ ਫਿਰ ਰਿਆਜ਼ ਰੂਜ਼ ਕਰ ਲੈਂਦੇ ਸੀ, ਇਹੀ ਸੀਗਾ ਕਿ ਕਰ ਹੁਣ ਘਰ ਬੈਠੇ ਫਿਰ ਉਹ ਕਰ ਵੀ ਗਈ, ਜਾਂ ਆਪ ਗਾਣੇ ਸੁਣ ਲਏ ਕੋਈ ਵਧੀਆ ਵਧੀਆ ਜਿਹੜੇ ਸਿੰਗਰ ਪੁਰਾਣੇ ਹੈਗੇ। ਬਾਈ ਜੀ ਅਲੱਗ ਅਲੱਗ ਸ਼ਹਿਰਾਂ ਤੋਂ ਨਾ, ਫਿਰ ਰਿਆਜ਼ ਕਿਵੇਂ ਕਰਦੇ ਸੀ ਇਕੱਠੇ ਹੋ ਕੇ, ਕੋਈ ਕਰੋਨਾ ਦੌਰਾਨ ਤਾਂ ਮਿਲ ਨਹੀਂ ਸਕਦੇ? ਨਹੀਂ ਅਸੀਂ ਜਿਹੜਾ ਜਦੋਂ ਅਸੀਂ ਕੋਈ ਗਾਣਾ ਕਰਨਾ ਉਦੋਂ ਅਸੀਂ ਇਕੱਠੇ ਬੈਠਦੇ ਹਾਂ, ਅਸੀਂ ਆਪਦਾ ਇਕੱਲੇ ਇਕੱਲੇ ਆਪਣੇ ਆਪਣੇ ਘਰ ਰਿਆਜ਼ ਕਰਦੇ ਰਹਿੰਦੇ, ਜਿਵੇਂ ਹੁਣ ਕੋਈ ਇੰਟਰਵਿਊ ਹੁੰਦੀ ਜਾਂ ਕੁਛ ਵੀ ਹੁੰਦਾ ਕੁਛ ਕਰਨਾ ਹੁੰਦਾ, ਫਿਰ ਅਸੀਂ ਇਕੱਠੇ ਬੈਠਦੇ ਹਾਂ 2-4 ਦਿਨ ਫਿਰ ਰਸਲਾਂ ਕਰਦੇ ਹਾਂ ਜੀ ਉਹਦੀਆਂ। ਅਤੇ ਹੁਣ ਬਾਈ ਜੀ ਨਵਾਂ ਪ੍ਰੋਜੈਕਟ ਕਿਹੜਾ ਲਿਆ ਰਹੇ ਹੋ ਕੁਛ? ਨਵਾਂ ਹੁਣ ਇੱਕ ਕੀਤਾ ਹੋਇਆ ਲੋਕ ਕਿੱਸਾ, ਯਾਨੀ ਸੋਹਣੀ ਮਹੀਵਾਲ 'ਤੇ ਉਹ ਕੀਤਾ ਹੋਇਆ ਥੋੜ੍ਹਾ ਵੈਸਟਰਨ ਮਿਊਜ਼ਿਕ ਨਾਲ, ਅਤੇ ਉਮੀਦ ਕਰਦਾ ਸਾਰਿਆਂ ਨੂੰ ਵਧੀਆ ਲੱਗੂਗਾ। ਕੁਛ ਸੁਣਾਉਂਗੇ? ਉਹ ਹੁਣ ਫਿਰ ਕਾਹਨੂੰ ਦੋ ਲੈਣਾ ਬਲ ਨਹੀਂ ਲਿਖੂੰਦਾ, ਉਹ ਹੁਣ ਰਹਿਣ ਦੋ ਸੀ ਢਕੀ ਰਹਿਣ ਦੋ ਆ ਲੈਣ ਦਾ ਪੈਟਰਨ, ਥੋੜ੍ਹਾ ਲਾਈਵ ਦੀ ਪ੍ਰੈਕਟਿਸ ਕਰਨ ਵਾਲੀ ਉਹ ਜਿਹੜੀ ਬੈਂਡ ਦੇ ਨਾਲ ਹੀ ਕੀਤੀ ਹੋਈ ਆ, ਲਾਈਵ ਦੀ ਹਜੇ ਅਸੀਂ ਕਰਾਂਗੇ ਸਿਲੈਕਸ਼ਨ ਕਿੱਦਾਂ ਕਰਨਾ ਇਹਨਾਂ ਸਾਜ਼ਾਂ ਦੇ ਨਾਲ। ਕਹਿੰਦੇ ਢਕੀ ਰਜੇ ਤਾਂ ਵਧੀਆ ਹੁੰਦੀ ਆ, ਢਕਿਆ ਰਹਿਣ ਦੋ ਹੋ ਜਾਣ। ਚਲੋ ਤੁਹਾਡੀ ਮਰਜ਼ੀ। ਅਤੇ ਫਿਰ ਬਾਈ ਜੀ ਜਦੋਂ ਤੁਸੀਂ ਲਿਖਦੇ ਹੋ ਨਾ ਜਾਂ ਗਾਉਂਦੇ ਹੋ, ਕੁਛ ਚੀਜ਼ਾਂ ਦਾ ਖਿਆਲ ਵੀ ਰੱਖਦੇ ਹੋ ਕਿ ਯਾਰ ਅਸੀਂ ਆਹ ਚੀਜ਼ਾਂ ਨਹੀਂ ਲਿਖਣੀਆਂ, ਕਈ ਵੇਲੇ ਸ਼ਬਦ ਕੱਟਣੇ ਵੀ ਪੈਂਦੇ ਹੋਣੇ ਨਾ, ਕਿ ਅਸੀਂ ਕਿਵੇਂ? ਫਿਰ ਮੇਰੇ ਹਿਸਾਬ ਨਾਲ ਕਦੇ ਹੋਇਆ ਨਹੀਂ ਆਏ ਕਿ ਅਸੀਂ ਉਹੋ ਜਿਹਾ ਕੋਈ ਲਫ਼ਜ਼ ਲਿਖਤਾ ਹੋਵੇ ਕਿ ਸਾਨੂੰ ਕੱਟਣ ਦੀ ਲੋੜ ਪਈ ਹੋਵੇ, ਕਿ ਕੋਈ ਉਹੋ ਜਿਹਾ ਵਲਗਰ ਜਾਂ ਕੁਛ ਵੀ ਗੰਦਾ ਕੁਛ ਵੀ ਲਿਖਤਾ ਵੀ ਲੋੜ ਕਦੇ ਬਾਬੇ ਦੀ ਕਿਰਪਾ ਨਾਲ ਪਈ ਨਹੀਂ, ਸ਼ਾਇਦ ਉਹ ਮਾਲਕ ਆਪ ਹੀ ਕਰਾਉਂਦਾ ਜਿਹੜਾ ਕੁਛ ਵੀ ਕਰਾਉਂਦਾ। ਬਾਈ ਜੀ ਸਮਾਂ ਬਹੁਤ ਹੋ ਗਿਆ ਆਪਣਾ, ਪਹਿਲਾਂ ਵੀ ਸੀ ਥੋੜ੍ਹਾ ਘੱਟ ਰੱਖਣਾ, ਅਤੇ ਇੱਕ ਜਾਂਦੇ ਜਾਂਦੇ ਨਾ ਕਰਮਾ 2 ਆਇਆ ਸੀ ਨਾ, ਉਹ ਸਾਡਾ ਚੱਲ ਰਿਹਾ ਹੁਣ, ਇੱਕ ਜਾਂਦੇ ਜਾਂਦੇ ਉਹ ਸੁਣੋ। ਜ਼ਰੂਰ
ਸਮਝੀ ਮੈਨੂੰ ਲੱਭ ਲਿਆ ਜਦ ਮੈਂ ਤੇ ਤੂੰ ਛੱਡੇਗਾ ਤਾਂ ਸਮਝੀ ਮੈਨੂੰ ਲੱਭ ਲਿਆ ਨਫ਼ਰਤ ਦੇ ਨਾਲ ਅੱਡ ਨਹੀਂ ਹੁੰਦਾ ਹੱਡੀਆਂ ਮਿਲਦਾ ਰੱਬ ਨਹੀਂ ਹੁੰਦਾ ਤੂੰ ਤੇ ਮਾਇਆ ਚੱਕੀ ਫਿਰਦਾ ਪੈਸੇ ਦੇ ਨਾਲ ਰੱਜ ਨਹੀਂ ਹੁੰਦਾ ਜਦ ਦੌਲਤ ਸ਼ੌਹਰਤ ਛੱਡੇਗਾ ਜਦ ਦੌਲਤ ਸ਼ੌਹਰਤ ਛੱਡੇਗਾ ਤਾਂ ਸਮਝੀ ਮੈਨੂੰ ਲੱਭ ਲਿਆ ਆਪਣਾ ਆਪ ਜਦ ਲੱਭੇਗਾ ਤਾਂ ਸਮਝੀ ਮੈਨੂੰ ਲੱਭ ਲਿਆ ਜਦ ਮੈਂ ਤੇ ਤੂੰ ਛੱਡੇਗਾ ਤਾਂ ਸਮਝੀ ਮੈਨੂੰ ਲੱਭ ਲਿਆ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਸਾਰਿਆਂ ਦਾ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਇਹ ਸਨ ਰੰਗਲੇ ਸਰਦਾਰ ਜਿਨ੍ਹਾਂ ਦੇ ਗਾਣਿਆਂ ਦੇ ਵਿੱਚ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਬਾਤ ਪਾਉਂਦੇ ਆ ਆਪਣੀ ਮਿੱਟੀ ਨਾਲ ਜੁੜੇ ਹੋਏ ਇਹ ਗਾਣੇ ਗਾਉਂਦੇ ਨੇ ਉਸ ਦੇ ਨਾਲ ਹੀ ਪੰਜਾਬ ਦੀ ਇੱਕ ਉਹ ਤਸਵੀਰ ਪੇਸ਼ ਕਰਦੇ ਨੇ ਸਾਡੇ ਸੱਭਿਆਚਾਰ ਦੀ ਜਿਹਨੂੰ ਅਸੀਂ ਅੱਜ ਕਿਤੇ ਨਾ ਕਿਤੇ ਭੁੱਲਰ ਵਿਸੇ ਬੈਠੇ ਹਾਂ ਚੰਡੀਗੜ੍ਹ ਤੋਂ ਕੈਮਰਾ ਪਰਸਨ ਆਕਾਸ਼ਦੀਪ ਦੇ ਨਾਲ ਰਵੀ ਜਾਖੂ